ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਘਟਨਾਵਾਂ ਬਾਰੇ ਜਿਨ੍ਹਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਸੌ ਸਾਖੀ ਵਿੱਚ ਵੀ ਕੀਤਾ ਹੈ ਅਤੇ ਉਹ ਘਟਨਾਵਾਂ ਹਕੀਕਤ ਵਿੱਚ ਵਾਪਰ ਵੀ ਚੁੱਕੀਆਂ ਨੇ। ਜਦੋਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਕਰਦੇ ਨੇ ਕਿ ਔਰੰਗਜ਼ੇਬ ਦਾ ਰਾਜ ਬਹੁਤ ਸ਼ਕਤੀਸ਼ਾਲੀ ਹੈ, ਗੁਰੂ ਸਾਹਿਬ ਉਹ ਸਮਾਂ ਕਦੋਂ ਆਊਗਾ ਜਦੋਂ ਹਿੰਦੁਸਤਾਨ ਦੀ ਧਰਤੀ ਨੂੰ ਇਸ ਜਾਬਰ ਦੇ ਜ਼ੁਲਮਾਂ ਤੋਂ ਛੁਟਕਾਰਾ ਮਿਲੂਗਾ, ਤਾਂ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਕਾਬਲ ਤੋਂ ਇੱਕ ਕੁੱਤਾ ਭਾਵ ਕਿ ਅਬਦਾਲੀ ਆਊਗਾ ਤੇ ਦਿੱਲੀ ਦਾ ਸਾਰਾ ਰਾਜ ਮਿੱਟੀ ਵਿੱਚ ਮਿਲਾ ਕੇ ਰੱਖ ਦੇਊਗਾ ਤੇ ਫਿਰ ਜਦੋਂ ਅਬਦਾਲੀ ਦਾ ਟਾਕਰਾ ਖਾਲਸੇ ਨਾਲ ਹੋਊਗਾ ਤਾਂ ਸਿੱਖਾਂ ਨਾਲ ਪਾਇਆ ਇਹ ਵੈਰ ਹਿੰਦੁਸਤਾਨ ਦੇ ਜੇਤੂ ਦੇ ਪਤਨ ਦਾ ਕਾਰਨ ਬਣੂਗਾ ਤੇ ਫਿਰ ਪਹਿਲੀ ਵਾਰ ਇਸ ਦੁਨੀਆ ਦੀ ਧਰਤੀ ਦੇ ਕਿਸੇ ਖਿੱਤੇ ਤੇ ਖਾਲਸੇ ਦਾ ਰਾਜ ਕਾਇਮ ਹੋਊਗਾ। ਅੱਗੇ ਫਿਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਫਿਰ ਦੂਰ ਸਮੁੰਦਰੋਂ ਪਾਰ ਤੋਂ ਫਿਰੰਗੀ ਆਉਣਗੇ ਤੇ ਛਲ ਕਪਟ ਦੀਆਂ ਚਾਲਾਂ ਖੇਡ ਕੇ ਖਾਲਸੇ ਤੋਂ ਉਹਦਾ ਰਾਜ ਖੋਹ ਲੈਣਗੇ। ਗੋਰੇ ਪੰਜਾਬ ਦੇ ਤਖ਼ਤ ਤੇ ਕਾਬਜ ਹੋ ਗਏ ਤੇ ਇਹਨਾਂ ਗੋਰਿਆਂ ਦਾ ਰਾਜ ਅੰਤ ਹੋਣ ਬਾਰੇ ਗੁਰੂ ਸਾਹਿਬ ਨੇ ਭਵਿੱਖਬਾਣੀ ਕੀਤੀ ਸੀ ਕਿ 2 ਸਦੀਆਂ ਤੱਕ ਰਾਜ ਕਰਨ ਤੋਂ ਬਾਅਦ ਇਹਨਾਂ ਨੂੰ ਭਾਰਤ ਦੀ ਧਰਤੀ ਛੱਡ ਕੇ ਜਾਣਾ ਪਊਗਾ ਤੇ ਇਹਨਾਂ ਦੇ ਜਾਣ ਮਗਰੋਂ ਭਾਰਤ ਵਿੱਚੋਂ ਕੱਟ ਕੇ ਪਾਕ ਧਾਮ ਦਾ ਇੱਕ ਨਵਾਂ ਦੇਸ਼ ਹੋਂਦ ਵਿੱਚ ਆਊਗਾ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਜਦੋਂ ਅੰਗਰੇਜ਼ਾਂ ਨੂੰ ਆਪਣੇ ਰਾਜ ਦੇ ਅੰਤ ਵਾਲੀ ਭਵਿੱਖਬਾਣੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸਾਰੇ ਪੰਜਾਬ 'ਚੋਂ ਇਸ ਗ੍ਰੰਥ ਦੀਆਂ ਪੋਥੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦਾ ਕਾਰਨ ਇਹ ਸੀ ਤਾਂ ਜੋ ਸਿੱਖ ਇਹਨਾਂ ਪੋਥੀਆਂ ਨੂੰ ਪੜ੍ਹ ਕੇ ਜਾਗਰੂਕ ਨਾ ਹੋ ਸਕਣ ਤੇ ਉਹਨਾਂ ਦੇ ਰਾਜ ਨੂੰ ਅੰਤ ਕਰਨ ਲਈ ਉੱਠਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੋਏ ਬਚਨਾਂ ਨੂੰ ਕੌਣ ਟਾਲ ਸਕਦਾ ਸੀ? ਲਗਭਗ 200 ਸਾਲ ਬਾਅਦ ਹੀ ਅੰਗਰੇਜ਼ਾਂ ਨੂੰ ਵੀ ਛੱਡ ਕੇ ਜਾਣਾ ਪਿਆ ਤੇ ਨਵਾਂ ਦੇਸ਼ ਪਾਕਿਸਤਾਨ ਵੀ ਵਜੂਦ ਵਿੱਚ ਆਇਆ। ਇੰਨਾ ਹੀ ਨਹੀਂ, ਗੁਰੂ ਸਾਹਿਬ ਨੇ ਇੱਕ ਹੋਰ ਭਵਿੱਖਬਾਣੀ ਕੀਤੀ ਸੀ ਕਿ ਇਸ ਵੱਖ ਹੋਏ ਮੁਲਕ ਨਾਲ ਭਾਰਤ ਦੀਆਂ ਕਈ ਵੱਡੀਆਂ ਜੰਗਾਂ ਹੋਣਗੀਆਂ ਤੇ ਇੱਕ ਨਵਾਂ ਮੁਲਕ ਢਾਕਾ ਪੰਜਾਬ ਹੋਂਦ ਵਿੱਚ ਆਊਗਾ। ਇੱਥੇ ਗੁਰੂ ਸਾਹਿਬ ਬੰਗਲਾਦੇਸ਼ ਬਣਨ ਦੀ ਗੱਲ ਕਰ ਰਹੇ ਹਨ। ਇਸ ਤੋਂ ਇਲਾਵਾ ਗੁਰੂ ਗੋਬਿੰਦ ਪਾਤਸ਼ਾਹ ਨੇ ਆਪਰੇਸ਼ਨ ਬਲੂ ਸਟਾਰ ਬਾਰੇ ਵੀ ਜਿਹੜੀਆਂ ਭਵਿੱਖਬਾਣੀਆਂ ਕੀਤੀਆਂ ਸਨ ਉਹ ਇਨ ਬਿਨ ਸੱਚ ਸਾਬਤ ਹੋਈਆਂ। ਗੁਰੂ ਸਾਹਿਬ ਲਿਖਦੇ ਹਨ, ਰਾਜ ਜਲਸੀ ਰੰਡੀ ਕਾ ਫੌਜਾਂ ਚੜ੍ਹੇ ਹਰਮਿੰਦਰ ਮੇ ਆਣ, ਖੁਰਪ ਜੇ ਘੋੜੇ ਕਾ ਹਰਮਿੰਦਰ ਮੇ ਆਣ, ਡਟ ਜਾਵੇ ਖਾਲਸਾ ਘੋਰ ਵਿਪਤ ਕੇ ਬਾਦ, ਖੁਆਰ ਹੋਏ ਸਭ ਮਿਲੇਗੀ ਸਿੰਘ ਵਿਪਤ ਮੇ ਆਣ, ਤੱਬੇ ਮਾਝਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ। ਭਾਵ ਕੇ ਹਿੰਦੁਸਤਾਨ ਵਿੱਚ ਰੰਡੀ ਦਾ ਰਾਜ ਹੋਏਗਾ। ਇੱਥੇ ਰੰਡੀ ਯਾਨੀ ਕਿ ਵਿਧਵਾ ਕਹਿ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੰਬੋਧਨ ਕੀਤਾ ਗਿਆ ਹੈ। ਇਸ ਤੋਂ ਅੱਗੇ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਰੰਡੀ ਦੇ ਰਾਜ ਵਿੱਚ ਫੌਜ ਹਰਮਿੰਦਰ ਸਾਹਿਬ ਤੇ ਚੜ੍ਹ ਕੇ ਆਊਗੀ ਤੇ ਇੰਨਾ ਖੂਨ ਵਗੂਗਾ ਕਿ ਘੋੜੇ ਦਾ ਖੁਰ ਖੂਨ ਵਿੱਚ ਭਿੱਜ ਜਾਊਗਾ। ਖਾਲਸਾ ਇਸ ਦਾ ਡਟ ਕੇ ਮੁਕਾਬਲਾ ਕਰੂਗਾ। ਸਿੱਖ ਮਿਲ ਕੇ ਇਸ ਵਿਪਤਾ ਦੇ ਵਿਰੁੱਧ ਲੜਨਗੇ ਤੇ ਮਾਝਾ ਮਾਲਵਾ ਦੁਆਬਾ ਅਜੋਕੇ ਪੰਜਾਬ ਦਾ ਸਾਰਾ ਹਿੱਸਾ ਇਸ ਘਟਨਾ ਤੋਂ ਬਾਅਦ ਬਹੁਤ ਜ਼ਿਆਦਾ ਦੁਖੀ ਹੋਊਗਾ। 84 ਦੇ ਦੌਰ ਦਾ ਜੋ ਦੁੱਖ ਪੰਜਾਬ ਨੇ ਝੱਲਿਆ ਉਹ ਸਭ ਇਹਨਾਂ ਤੁਕਾਂ ਵਿੱਚ ਗੁਰੂ ਸਾਹਿਬ ਬਿਆਨ ਕਰ ਰਹੇ ਹਨ। ਇਸ ਤੋਂ ਬਾਅਦ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਵੀ ਜ਼ਿਕਰ ਮਿਲਦਾ ਹੈ। ਤਬ ਏਕ ਖਾਲਸਾ ਪ੍ਰਗਟ ਹੋਵੇ ਕਿਲ੍ਹਾ ਬਣਾਵੇ ਹਰਮਿੰਦਰ ਮੇ ਆਣ, ਮਤਲਬ ਕਿ ਇਸ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਨ ਲਈ ਇੱਕ ਖਾਲਸਾ ਪ੍ਰਗਟ ਹੋਵੇਗਾ ਜੋ ਹਰਿਮੰਦਰ ਸਾਹਿਬ ਨੂੰ ਕਿਲ੍ਹਾ ਬਣਾ ਕੇ ਲੜੇਗਾ ਤੇ ਖਾਲਸੇ ਦੀ ਵਿਪਤਾ ਵਿੱਚ ਉਹਨਾਂ ਦਾ ਸਾਥ ਦੇਵੇਗਾ। ਹੁਣ ਤੱਕ ਅਸੀਂ ਜੋ ਵੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਇਹ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅੱਗੇ ਹੁਣ ਆਪਾਂ ਸੌ ਸਾਖੀ ਵਿੱਚ ਲਿਖੀਆਂ ਉਹਨਾਂ ਲਿਖਤਾਂ 'ਤੇ ਨਜ਼ਰ ਮਾਰਾਂਗੇ ਜੋ ਆਉਣ ਵਾਲੇ ਸਮੇਂ ਵਿੱਚ ਵਾਪਰਨ ਵਾਲੀਆਂ ਹਨ ਤੇ ਇਹ ਸਭ ਇੰਨਾ ਖਤਰਨਾਕ ਹੈ ਕਿ ਸੁਣ ਕੇ ਤੁਹਾਡੀ ਰੂਹ ਕੰਬ ਜਾਊਗੀ। ਤਬੇ ਰੂਸ ਚੀਨ ਹਿੰਦ ਮੇ ਚੜ ਆਵੇ, ਕੋਰ ਯੁੱਧ ਮੱਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ, ਦਿੱਲੀ ਤਖ਼ਤ ਪਰ ਬਹਿ ਜਾਵੇ ਗੁਰੂ ਕੀ ਫੌਜ, ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭ ਖਾਵੇ, ਤਬ ਇੱਕ ਕਲਯੁਗ ਮੇ ਸਤਯੁਗ ਹੋਸੀ ਆਨ। ਜਦੋਂ ਖਾਲਸਾ ਆਪਣੇ ਹੱਕਾਂ ਲਈ ਖਾਲਸਾ ਰਾਜ ਲਈ ਜਦੋ ਜਹਿਦ ਕਰ ਰਿਹਾ ਹੋਊਗਾ ਠੀਕ ਉਸੇ ਸਮੇਂ ਚੀਨ ਤੇ ਰੂਸ ਰਲ ਕੇ ਭਾਰਤ ਉੱਤੇ ਇੱਕ ਜ਼ੋਰਦਾਰ ਹਮਲਾ ਕਰਨਗੇ।
ਤੇ ਇਹ ਜੰਗ ਇੰਨੀ ਭਿਅੰਕਰ ਹੋਊਗੀ ਕਿ 70 ਕਰੋੜ ਵਿੱਚੋਂ ਸਿਰਫ 17 ਕਰੋੜ ਲੋਕ ਹੀ ਜਿਉਂਦੇ ਬਚ ਪਾਉਣਗੇ। ਤੇ ਇਸ ਜੰਗ ਤੋਂ ਬਾਅਦ ਦਿੱਲੀ ਦੇ ਤਖਤ ਤੇ ਖਾਲਸਾ ਬਿਰਾਜਮਾਨ ਹੋਊਗਾ। ਖਾਲਸੇ ਦੇ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੂਗਾ, ਸਭ ਰੱਜ ਕੇ ਖਾਣਗੇ ਤੇ ਕਲਯੁੱਗ ਵਿੱਚ ਵੀ ਸਤਯੁੱਗ ਵਾਲਾ ਮਾਹੌਲ ਬਣੂਗਾ। ਸੌ ਸਾਖੀ ਪੜ੍ਹਨ ਵਾਲੇ ਕੁਝ ਵਿਦਵਾਨ ਦੱਸਦੇ ਨੇ ਕਿ ਇਸ ਗ੍ਰੰਥ ਮੁਤਾਬਕ ਸਿੱਖਾਂ ਦਾ ਵਜੂਦ ਵਿੱਚ ਆਇਆ ਇਹ ਖਾਲਸਾ ਰਾਜ ਅਗਲੇ 500 ਸਾਲਾਂ ਤੱਕ ਵਜੂਦ ਵਿੱਚ ਰਹੂਗਾ। ਹੁਣ ਤੱਕ ਆਪਾਂ ਗੱਲ ਕੀਤੀ ਗੁਰੂ ਸਾਹਿਬ ਦੀ ਲਿਖਤ ਇਸ ਸੌ ਸਾਖੀ ਗ੍ਰੰਥ ਦੀ। ਇਸ ਗ੍ਰੰਥ ਦੇ ਜਾਣਕਾਰ ਦੇ ਵਿਦਵਾਨਾਂ ਵੱਲੋਂ ਅੱਜ ਉਹ ਸਾਲ ਚੱਲ ਰਿਹਾ ਹੈ 2024, ਇਸੇ ਨੂੰ ਹੀ ਖਾਲਸਾ ਰਾਜ ਦੇ ਹੋਂਦ ਵਿੱਚ ਆਉਣ ਵਾਲਾ ਸਾਲ ਮੰਨਿਆ ਜਾ ਰਿਹਾ ਹੈ। ਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀਓ ਪੋਲੀਟੀਕਲ ਕੰਡੀਸ਼ਨ ਤੇ ਕਿ ਇਹ ਸਭ ਸੱਚ ਹੋਣ ਦੇ ਕਿੰਨੇ ਕੁ ਆਸਾਰ ਨਜ਼ਰ ਆ ਰਹੇ ਹਨ। ਇੱਥੇ ਅਸੀਂ ਗੁਰੂ ਸਾਹਿਬ ਦੇ ਕੀਤੇ ਹੁਕਮਾਂ ਦੇ ਕੋਈ ਕਿੰਤੂ ਨਹੀਂ ਕਰ ਰਹੇ, ਬਸ ਜਿੰਨੀ ਕੁ ਸੋਝੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ ਉਹਦੇ ਮੁਤਾਬਕ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਘਟਨਾਵਾਂ ਕਿਸ ਤਰ੍ਹਾਂ ਵਾਪਰ ਸਕਦੀਆਂ ਨੇ। ਗੋਦੀ ਮੀਡੀਆ ਵੱਲੋਂ ਲਗਾਤਾਰ ਕੀਤੇ ਜਾ ਰਹੇ ਗੁਣਗਾਨ ਮੁਤਾਬਕ ਤਾਂ ਭਾਰਤ ਲਗਾਤਾਰ ਤਰੱਕੀ ਕਰਦੇ ਹੋਏ ਵਿਸ਼ਵ ਗੁਰੂ ਬਣਨ ਵੱਲ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਪਰ ਅਸਲ ਵਿੱਚ ਵਿਸ਼ਵ ਪੱਧਰ ਤੇ ਆਂਢ ਗਵਾਂਢ ਨਾਲ ਭਾਰਤ ਦੀ ਕਿੰਨੀ ਕੁ ਬਣਦੀ ਹੈ, ਇਹ ਸਮਝਣ ਲਈ ਆਪਾਂ ਖਾਨ ਸਰ ਦਾ ਇਹ ਵੀਡੀਓ ਵੇਖ ਲਈਏ। ਜੇ ਤੁਸੀਂ ਖਾਨ ਸਰ ਬਾਰੇ ਨਹੀਂ ਜਾਣਦੇ ਤਾਂ ਇਹ ਉਹ ਸ਼ਖਸੀਅਤ ਹੈ, ਬੰਦਾ ਬੀਜੇਪੀ ਦਾ ਹੋਵੇ ਜਾਂ ਕਾਂਗਰਸ ਦਾ, ਹਿੰਦੂ ਮੁਸਲਮਾਨ ਹੋਵੇ ਜਾਂ ਸਿੱਖ, ਇਸ ਬੰਦੇ ਦੀ ਇਮਾਨਦਾਰੀ ਤੇ ਦੇਸ਼ ਭਗਤੀ ਤੇ ਸ਼ਾਇਦ ਹੀ ਕਿਸੇ ਨੂੰ ਕੋਈ ਸ਼ੱਕ ਹੋਵੇ। ਮਾਲਦੀਪ ਗਿਆ ਹਮਾਰੇ ਹੱਥ ਸੇ, ਸ੍ਰੀਲੰਕਾ ਗਿਆ, ਨੇਪਾਲ ਗਿਆ, ਬੰਗਲਾਦੇਸ਼ ਕੋਈ ਖਾਸ ਨਹੀਂ ਹੈ, ਬੈਲੈਂਸ ਬਣਾ ਕੇ ਚੱਲ ਰਿਹਾ ਹੈ। ਇਹ ਹਮਾਰਾ 100% ਦੁਸ਼ਮਨ ਥਾ, ਯਹਾਂ ਤਾਲਿਬਾਨ ਆ ਚੁਕਾ ਹੈ, ਚਾਈਨਾ ਸੇ ਤੋ ਹਮਾਰੀ ਦੁਸ਼ਮਨੀ ਹੈ, ਚਾਈਨਾ ਭੂਟਾਨ ਦੋਨੋ, ਭੂਟਾਨ ਕੇ ਵਿਦੇਸ਼ ਮੰਤਰੀ ਚੇ ਜਾ ਕੇ ਚਾਈਨਾ ਮੇ ਬਾਤ ਕਰਕੇ ਆਏ ਹੈ ਕਿ ਹਮ ਡੋਕਲਾਮ ਦੇ ਦੇਂਗੇ, ਉਪਰ ਵਾਲਾ ਆਪ ਦੇ ਦੀਜੀਏਗਾ। ਮਿਆਂਮਾਰ ਮੇ ਤਖਤਾ ਪਲਟ ਹੋ ਚੁਕਾ ਹੈ, ਲਾਓਸ ਮੇ ਬਿਜਲੀ ਘਰ ਲੈ ਚੁਕਾ ਹੈ, ਚਾਈਨਾ ਯਹਾਂ ਪੇ ਲੈ ਲਿਆ ਯਹਾਂ ਪੇ, ਬਾਕੀ ਸਭ ਮੇ ਉਤਨਾ ਕਾਮ ਕਾ ਹੈ ਸਭ ਨਹੀਂ। ਈਰਾਨ ਜੋ ਹੈ ਇਜ਼ਰਾਈਲ ਕਾ ਦੁਸ਼ਮਨ ਹੈ, ਹਮ ਲੋਗ ਇਜ਼ਰਾਈਲ ਕੋ ਬੈਲੈਂਸ ਕਰਨੇ ਕੇ ਚੱਕਰ ਮੇ ਈਰਾਨ ਸੇ ਵੀ ਹੱਥ ਧੋ ਰਹੇ ਹੈ, ਈਰਾਨ ਉਤਨਾ ਨਿਊਟਰਲ ਹੀ ਰਹਾ ਹੈ ਯਹਾਂ ਪੇ। ਅਬ ਬਤਾਈਏ ਹਮ ਲੋਗ ਕਾ ਕਹਾਂ ਗਿਆ ਹੈ। ਯਹਾਂ ਗਵਾਦਰ ਮੇ ਚਾਈਨਾ ਬੈਠ ਗਿਆ, ਹੰਬਨ ਟੋਟਾ ਮੇ ਬੈਠ ਗਿਆ ਹੈ, ਹਮ ਲੋਗ ਰੋਕਤੇ ਰਹ ਗਏ, ਉਸਕੀ ਨੌਸੇਨਾ ਆ ਕੇ ਯਹਾਂ ਡੌਕ ਕਰ ਗਈ, ਔਰ ਯਹਾਂ ਪੇ ਕਾਕਸ ਬਾਜ਼ਾਰ ਬੰਗਲਾਦੇਸ਼ ਮੇ, ਅਬ ਦੇਖੀਏ ਘੇਰ ਲਿਆ, ਯਹਾਂ ਸੇ ਸੀਪੀਸੀ ਸੜਕ ਬਣਾ ਲਿਆ, ਯਹਾਂ ਤਿੱਬਤ ਖੁਦਾਈ ਹੈ, ਆ ਮਿਆਂਮਾਰ ਮੇ ਤਖਤਾ ਪਲਟ ਕਰ ਦਿਆ, ਆਂਗ ਸਾਂ ਸੂਕ ਚਲੀ ਗਈ ਜੇਲ ਮੇ, ਸੇਨਾ ਪ੍ਰਮੁੱਖ ਆ ਗਿਆ, ਯਹਾਂ ਸੇ ਜੋੜ ਦਿਆ ਕਿਸ ਕੋ, ਕਾਕਸ ਬਾਜ਼ਾਰ ਬੰਦਰਗਾਹ ਕੋ ਜੋੜ ਦਿਆ, ਉਸ ਹਮ ਲੋਗ ਘਿਰ ਚੁਕੇ ਹੈ। ਇਹ ਹੈ ਵਿਸ਼ਵ ਪੱਧਰ ਤੇ ਭਾਰਤ ਦੀ ਸਥਿਤੀ। ਇਸ ਟਾਈਮ ਵਿਸ਼ਵ ਦੋ ਵੱਡੇ ਗਰੁੱਪਾਂ ਵਿੱਚ ਵੰਡਿਆ ਨਜ਼ਰ ਆ ਰਿਹਾ ਹੈ, ਇੱਕ ਪਾਸੇ ਹੈ ਅਮਰੀਕਾ ਤੇ ਯੂਰਪ ਦਾ ਨਾਟੋ ਗਰੁੱਪ ਤੇ ਦੂਜੇ ਪਾਸੇ ਹੈ ਰੂਸ ਤੇ ਚੀਨ ਦੀ ਜੁਗਲਬੰਦੀ, ਜੋ ਕਿ ਤੇਜ਼ੀ ਨਾਲ ਆਪਣੀ ਤਾਕਤ ਵਧਾਉਂਦੇ ਹੋਏ ਅਮਰੀਕਾ ਦੀ ਬਾਦਸ਼ਾਹਤ ਨੂੰ ਚੈਲੰਜ ਕਰ ਰਹੇ ਹਨ। ਹੁਣ ਤੱਕ ਭਾਰਤ ਇਹਨਾਂ ਦੋਵਾਂ ਪੱਖਾਂ ਵਿੱਚ ਬੈਲੈਂਸ ਬਣਾ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਵੇਂ ਕਿ ਆਪਾਂ ਯੂਕਰੇਨ ਵਾਰ ਵਿੱਚ ਵੀ ਵੇਖ ਚੁੱਕੇ ਹਾਂ। ਇੱਕ ਪਾਸੇ ਅੱਜ ਭਾਰਤ ਯੂਰਪ ਤੋਂ ਅਮਰੀਕਾ ਨਾਲ ਦੋਸਤੀ ਵਧਾ ਰਿਹਾ ਹੈ, ਦੂਜੇ ਪਾਸੇ ਭਾਰਤ ਬ੍ਰਿਕਸ ਨਾਮ ਦੇ ਗਰੁੱਪ ਦਾ ਵੀ ਮੈਂਬਰ ਹੈ। ਬ੍ਰਿਕਸ 5 ਵੱਡੇ ਵਿਕਾਸਸ਼ੀਲ ਮੁਲਕਾਂ ਦਾ ਇੱਕ ਗਰੁੱਪ ਹੈ, ਬੀ ਤੋਂ ਬ੍ਰਾਜ਼ੀਲ, ਆਰ ਤੋਂ ਰਸ਼ੀਆ, ਆਈ ਤੋਂ ਇੰਡੀਆ, ਸੀ ਤੋਂ ਚਾਈਨਾ ਤੇ ਐਸ ਤੋਂ ਸਾਊਥ ਅਫਰੀਕਾ। ਫਿਲਹਾਲ ਇਸ ਗਰੁੱਪ ਵਿੱਚ ਹੋਰ ਵੀ ਦੇਸ਼ ਜੁੜ ਚੁੱਕੇ ਹਨ, ਪਰ ਆਪਾਂ ਆਪਣੇ ਮੇਨ ਮੁੱਦੇ ਤੇ ਹੀ ਰਹਾਂਗੇ। ਇਹ ਗਰੁੱਪ ਅਸਲ ਵਿੱਚ ਅਮਰੀਕਾ ਤੇ ਯੂਰਪ ਦੇ ਨਾਟੋ ਗਰੁੱਪ ਦੀ ਬਾਦਸ਼ਾਹਤ ਨੂੰ ਚੈਲੰਜ ਕਰਨ ਲਈ ਬਣਾਇਆ ਗਿਆ ਸੀ, ਪਰ ਹੁਣ ਪਿਛਲੇ 2-3 ਮਹੀਨਿਆਂ ਤੋਂ ਇਹਦੇ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ, ਕਿਉਂਕਿ ਚੀਨ ਤੇ ਰੂਸ ਦੇ ਦਬਾਅ ਤੇ ਸਪੋਰਟ ਨਾਲ ਹੁਣ ਬ੍ਰਿਕਸ ਵਿੱਚ ਐਂਟਰੀ ਹੋ ਰਹੀ ਹੈ। ਪਾਕਿਸਤਾਨ ਦੀ ਭਾਰਤ ਲੰਬੇ ਸਮੇਂ ਤੋਂ ਇਸ ਗੱਲ ਦਾ ਵਿਰੋਧ ਕਰ ਰਿਹਾ ਸੀ, ਪਰ ਹੁਣ ਪਾਕਿਸਤਾਨ ਦੀ ਐਂਟਰੀ ਇਸ ਗਰੁੱਪ ਵਿੱਚ ਆਲਮੋਸਟ ਤੈਅ ਹੈ, ਤੇ ਪਾਕਿਸਤਾਨ ਹੁਣ ਚੀਨ ਦੀ ਕਠਪੁਤਲੀ ਹੈ, ਹਰ ਮੁੱਦੇ ਤੇ ਉਹਦੇ ਪੱਖ ਵਿੱਚ ਹੀ ਵੋਟਿੰਗ ਕਰੂਗਾ, ਤੇ ਜਦੋਂ ਹਰ ਮੁੱਦੇ ਤੇ ਭਾਰਤ ਤੇ ਦਬਾਅ ਵਧੂਗਾ ਤਾਂ ਇਹ ਨਾਰਮਲ ਜੀ ਗੱਲ ਹੈ ਕਿ ਫਿਰ ਉਸਨੂੰ ਨਾਟੋ ਤੇ ਅਮਰੀਕਾ ਵੱਲ ਝੁਕਣਾ ਪਊਗਾ, ਤੇ ਜਦੋਂ ਭਾਰਤ ਬ੍ਰਿਕਸ ਛੱਡ ਕੇ ਅਮਰੀਕਾ ਦੇ ਪਾਲੇ ਵਿੱਚ ਜਾਊਗਾ
ਤਾਂ ਇਹ ਗੱਲ ਚੀਨ ਕਦੇ ਬਰਦਾਸ਼ਤ ਨਹੀਂ ਕਰੂਗਾ, ਕਿਉਂਕਿ ਭਾਰਤ ਤੇ ਅਮਰੀਕਾ ਦੇ ਜੁਗਲਬੰਦੀ ਦਾ ਮਤਲਬ ਅਮਰੀਕਾ ਦਾ ਬਿਲਕੁਲ ਚੀਨ ਦੀ ਹਿੱਕ ਤੇ ਮਿਲਟਰੀ ਬੇਸ ਬਣਾਉਣ ਦਾ ਰਾਹ ਖੁੱਲ ਜਾਊਗਾ। ਸੋ ਜੇ ਸਰਗਰਮੀਆਂ ਇਸੇ ਤਰ੍ਹਾਂ ਹੀ ਵੱਧਦੀਆਂ ਗਈਆਂ ਤਾਂ ਆਪਣੇ ਤੇ ਪੈਦਾ ਹੋ ਰਿਹਾ ਖਤਰਾ ਟਾਲਣ ਲਈ ਚੀਨ ਤੇ ਰੂਸ ਰਲ ਕੇ ਭਾਰਤ ਤੇ ਧਾਵਾ ਬੋਲਣ ਲਈ ਦੇਰ ਨਹੀਂ ਲਾਉਣਗੇ। ਸੋ ਜੇ ਇਹਨਾਂ ਸਾਰੀਆਂ ਗੱਲਾਂ ਵੱਲ ਵੇਖੀਏ ਤਾਂ ਚੀਨ ਤੇ ਰੂਸ ਦੇ ਸਾਂਝੇ ਹਮਲੇ ਦੇ ਕੁਝ ਕੁਝ ਆਸਾਰ ਤਾਂ ਨਜ਼ਰ ਆ ਰਹੇ ਹਨ। ਬਾਕੀ ਮੇਰੇ ਵਰਗੀ ਨੀਵੀਂ ਬੁੱਧੀ ਵਾਲਾ ਸੇਵਕ ਉਸ ਮਹਾਨ ਮੁਹਿੰਮ ਅਕਾਲ ਪੁਰਖ ਦੇ ਕੌਤਕਾਂ ਬਾਰੇ ਕਿੰਨਾ ਕੀ ਅੰਦਾਜ਼ਾ ਲਗਾ ਸਕਦਾ ਹੈ? ਤੁਹਾਡੇ ਇਸ ਵਿਸ਼ੇ ਤੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ, ਤੇ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਣਾ। ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਵਿੱਚ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।